ਪਾਰਟੀ ਖਿਲਾਫ ਬਗਾਵਤੀ ਝੰਡਾ ਚੁੱਕਣ ਕਾਰਨ ਸਸਪੈਂਡ ਹੋਏ ਵਿਧਾਇਕ ਜੀਰਾ ਨੂੰ ਪਾਰਟੀ ਨੇ ਕੀਤਾ ਮੁੜ ਬਹਾਲ। ਬਹਾਲੀ ਤੋਂ ਬਾਅਦ ਜੀਰਾ ਨੇ ਕੀਤਾ ਕੈਪਟਨ ਦਾ ਧੰਨਵਾਦ। ਜਸਟਿਸ ਰਣਜੀਤ ਸਿੰਘ ਕਮਿਸ਼ਨ ਮਾਮਲੇ 'ਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੀ ਵੱਡੀ ਰਾਹਤ। ਕਮਿਸ਼ਨ ਖਿਲਾਫ ਦਾਇਰ ਪਟੀਸ਼ਨਾਂ ਨੂੰ ਕੀਤਾ ਰੱਦ। SIT ਹੀ ਕਰੇਗੀ ਮਾਮਲੇ ਦੀ ਪੂਰੀ ਜਾਂਚ। ਮੁਕਤਸਰ 'ਚ ਬਿਊਟੀ ਪਾਰਲਰ ਤੋਂ ਅਗਵਾ ਹੋਈ ਦੁਲਹਨ ਨੂੰ ਪੁਲਿਸ ਨੇ ਕੀਤਾ 12 ਘੰਟਿਆਂ 'ਚ ਬਰਾਮਦ। ਅਗਵਾ ਕਰਨ ਵਾਲਿਆਂ 'ਚੋਂ 2 ਵਿਅਕਤੀ ਵੀ ਪੁਲਿਸ ਨੇ ਕੀਤੇ ਗ੍ਰਿਫਤਾਰ। ਭਗਵੰਤ ਮਾਨ ਨੂੰ ਮੁੜ ਤੋਂ ਪਾਰਟੀ ਦਾ ਪ੍ਰਧਾਨ ਬਣਾਉਣ ਦੀ ਤਿਆਰੀ 'ਚ ਆਪ। ਕੋਰ ਕਮੇਟੀ ਦੀ ਬੈਠਕ 'ਚ ਲਿਆ ਗਿਆ ਫੈਸਲਾ। ਨਵਜੋਤ ਸਿੱਧੂ ਦੇ ਵਿਭਾਗ ਦੇ 13 ਫਾਇਰ ਕਰਮੀਆਂ ਨੂੰ ਮਿਲੇਗਾ ਰਾਸ਼ਟਰਪਤੀ ਗਲੈਂਟਰੀ ਅਵਾਰਡ। ਲੁਧਿਆਣਾ ਅਗਨੀਕਾਂਡ 'ਚ ਜਾਨ ਗਵਾਉਣ ਵਾਲੇ 9 ਫਾਇਰ ਕਰਮੀਆਂ ਸਮੇਤ 4 ਹੋਰ ਬਹਾਦਰਾਂ ਨੂੰ ਦਿੱਤਾ ਜਾਵੇਗਾ ਇਹ ਅਵਾਰਡ। ਸਿੱਖਿਆ ਮੰਤਰੀ ਦੀ ਕੋਠੀ ਘੇਰਨ ਗਏ ਅਧਿਆਪਕਾਂ ਦੇ ਪੁਲਿਸ ਵਿਚਾਲੇ ਹੋਇਆ ਟਕਰਾਅ। ਮੰਗਾਂ ਨੂੰ ਲੈ ਕੇ ਅਧਿਆਪਕਾਂ ਵੱਲੋਂ ਦਿੱਤਾ ਜਾ ਰਿਹਾ ਸੀ ਧਰਨਾ।